ਕੀ ਕਹਿੰਦੇ ਕਰਨੇ ਉਦੋਂ ਮਰ ਗਿਆ ਜਿਹੜਾ ਬੰਦਾ ਰੰਡਾ ਹੈ ਵਿਆਹ ਸ਼ਾਦੀ ਸ਼ੁਦਾ ਨਹੀਂ ਕਰਾਇਆ ਕੋਈ ਲੜਕੀ ਨਹੀਂ ਲੜਕਾ ਨਹੀਂ ਉਹਨੂੰ ਦਰਦ ਕੀ ਹੈ ਕੋਈ ਇਹਨਾਂ ਕੰਜਰਾਂ ਨਾਲ ਫੀਸ ਭਰਨੀ ਨਾ ਇਹਨਾਂ ਕੋਈ ਵਿਆਹ ਕਰਨਾ ਅਸੀਂ ਆ ਗਏ ਹਾਂ ਬਿਲਕੁਲ ਦਿਹਾੜੀਆਂ ਨਾਲੋਂ ਭੈੜੇ ਸਾਨੂੰ ਪਿੱਛਾ ਗੋਲੀ ਮਾਰ ਛੱਡ ਤੋਂ ਘਟੀਆ ਸਰਕਾਰ ਕੋਈ ਦੁਨੀਆਂ 'ਤੇ ਆਉਣੀ ਉਹਨਾਂ ਦੇ ਨਾਲ ਆਵੇਗੀ ਖੱਟਰ ਸਰਕਾਰ ਜਿਹੜੀ ਏਵਨ ਪੰਜਾਬੀ ਟੀ ਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਦੋਸਤ ਹਰਪ੍ਰੀਤ ਸੋਢੀ ਅਤੇ ਲੈ ਕੇ ਹਾਜ਼ਰ ਹਾਂ ਜੀ ਖਰੀਆਂ ਖਰੀਆਂ ਦੋਸਤੋ ਖਰੀਆਂ ਖਰੀਆਂ ਵਿੱਚ ਅੱਜ ਗੱਲ ਕਰਦੇ ਹਾਂ ਹਰਿਆਣਾ ਦੇ ਕਿਸਾਨਾਂ ਦੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਹਰਿਆਣਾ ਦੇ ਵਿੱਚ ਬੀਜੇਪੀ ਦੀ ਖੱਟਰ ਸਰਕਾਰ ਹੈ ਅਤੇ ਜਿੱਥੇ ਖੱਟਰ ਸਰਕਾਰ ਦੇ ਵੱਲੋਂ ਦੱਸਿਆ ਜਾਂਦਾ ਹੈ ਕਿ ਸਾਡੇ ਜਿਹੜੇ ਰਾਜ ਦੇ ਵਿੱਚ ਕਿਸਾਨ ਬਹੁਤ ਖੁਸ਼ ਨੇ ਅਤੇ ਕਿਸਾਨਾਂ ਦੀ ਜਿਹੜੀ ਆਤਮ ਹੱਤਿਆਵਾਂ ਹੈ ਉਹ ਘਟੀਆਂ ਨੇ ਪਰ ਦੋਸਤੋ ਤੁਹਾਨੂੰ ਕੀ ਲੱਗਦਾ ਵੀ ਇਹ ਜਿਹੜਾ ਖੱਟਰ ਸਾਹਿਬ ਜਾਂ ਮੋਦੀ ਸਾਹਿਬ ਇਹ ਕਹਿੰਦੇ ਵੀ ਹਰਿਆਣਾ ਸਾਡੇ ਕਿਸਾਨ ਜਾਂ ਸਾਡੇ ਦੇਸ਼ ਕਿਸਾਨ ਖੁਸ਼ ਨੇ ਕੀ ਉਹ ਸੱਚ ਹੈ ਅੱਜ ਤੁਹਾਨੂੰ ਇੱਕ ਅਜਿਹਾ ਵੀਡੀਓ ਦਿਖਾਵਾਂਗੇ ਜਿਸ ਦੇ ਵਿੱਚ ਖੱਟਰ ਸਰਕਾਰ ਦੇ ਕਿਸਾਨਾਂ ਦਾ ਅਸਲੀ ਚਿਹਰਾ ਦਿਖੇਗਾ ਅਤੇ ਕਿਸਾਨ ਕੀ ਸੋਚਦੇ ਨੇ ਖੱਟਰ ਅਤੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਇਹ ਵੀ ਤੁਹਾਨੂੰ ਦਿਖਾਵਾਂਗੇ ਪਰ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਵੀਡੀਓ ਦੇ ਵਿੱਚ ਇੱਕ ਸਟੇਜ ਦੇ ਉੱਪਰ ਪਹਿਲਾਂ ਤਾਂ ਕੁਝ ਵਿਅਕਤੀਆਂ ਅਤੇ ਕਿਸਾਨਾਂ ਦੇ ਵੱਲੋਂ ਇਕੱਠੇ ਹੋ ਕੇ ਖੱਟਰ ਮਰ ਗਿਆ ਦੇ ਨਾਰੇ ਲਗਾਏ ਗਏ ਅਤੇ ਉਸ ਤੋਂ ਬਾਅਦ ਕਿਸਾਨ ਆਗੂਆਂ ਵੱਲੋਂ ਇੱਥੋਂ ਤੱਕ ਕਹਿ ਦਿੱਤਾ ਗਿਆ ਕਿ ਖੱਟਰ ਜਿਹੜਾ ਹੈਗਾ ਬਹੁਤ ਹੀ ਯਾਨੀ ਕਿ ਜਿਹੜੀ ਗੰਦੀ ਸ਼ਬਦਾਵਲੀ ਵਰਤਦੇ ਹੋਏ ਕਿਹਾ ਗਿਆ ਵੀ ਖੱਟਰ ਇੱਕ ਛੜਾ ਅਤੇ ਜਿਹੜੇ ਨਰਿੰਦਰ ਮੋਦੀ ਹੈ ਅਤੇ ਖੱਟਰ ਦੋਨੋਂ ਰੰਡੇ ਨੇ ਇਹਨਾਂ ਦਾ ਕੋਈ ਪਰਿਵਾਰ ਨਹੀਂ ਹੈਗਾ ਸਾਡਾ ਪਰਿਵਾਰ ਹੈ ਸਾਡੀਆਂ ਧੀਆਂ ਭੈਣਾਂ ਲੜਕੀਆਂ ਲੜਕੇ ਨੇ ਅਸੀਂ ਫੀਸਾਂ ਭਰਨੀਆਂ ਹੁੰਦੀਆਂ ਅਸੀਂ ਘਰ ਦਾ ਖਰਚਾ ਚਲਾਉਣਾ ਸਾਨੂੰ ਪਤਾ ਅਤੇ ਸਾਫ਼ ਤੌਰ 'ਤੇ ਕਿਸਾਨਾਂ ਦਾ ਕਹਿਣਾ ਕਿ ਸਾਨੂੰ ਪੁੱਛੋ ਸਾਡੀ ਅੱਜ ਹਾਲਤ ਹਰਿਆਣੇ ਦੇ ਵਿੱਚ ਇਹ ਹੈ ਕਿ ਸਾਨੂੰ ਗੋਲੀ ਮਾਰ ਦਿਉ ਜਿੰਦੇ ਨੂੰ ਸੋ ਦੋਸਤੋ ਪਹਿਲਾਂ ਦੇਖੋ ਤੁਸੀਂ ਵਾਇਰਲ ਵੀਡੀਓ ਝੂਠ ਮਾਰ ਮਾਰ ਕੇ ਸਰਕਾਰ ਨੇ ਵੀ ਤੋਂ ਬਾਹਲਾ ਹੀ ਬੇਟਾ ਕੰਮ ਖਰਾਬ ਕਰ ਦਿੱਤਾ ਸਾਡਾ ਤੇ ਅਸੀਂ ਆ ਗਏ ਹਾਂ ਬਿਲਕੁਲ ਦਿਹਾੜੀਆਂ ਨਾਲੋਂ ਭੈੜੇ ਸਾਨੂੰ ਪਿੱਛਾ ਗੋਲੀ ਮਾਰ ਛੱਡਣ ਖੱਟਰ ਨੂੰ ਖੁਦ ਨੇ ਇਹ ਨਹੀਂ ਪਤਾ ਵੀ ਬੱਚੇ ਪਾਲਣੇ ਕਿਵੇਂ ਨੇ ਜਿਹੜਾ ਬੰਦਾ ਰੰਡਾ ਹੈ ਵਿਆਹ ਸ਼ਾਦੀ ਸ਼ੁਦਾ ਨਹੀਂ ਕਰਾਇਆ ਕੋਈ ਲੜਕੀ ਨਹੀਂ ਲੜਕਾ ਨਹੀਂ ਉਹਨੂੰ ਦਰਦ ਕੀ ਹੈ ਸਾਡੇ ਹੁਣ ਬੇਟੀਆਂ ਨੇ ਬੇਟੇ ਨੇ ਪੋਤਰੀਆਂ ਨੇ ਪੋਤਰੇ ਨੂੰ ਵਿਆਹ ਕਰਨਾ ਕਿਸੇ ਠੱਗੀ ਮਾਰਨੀ ਕਿਸੇ ਝੂਠ ਮਾਰਨਾ ਕਿਸੇ ਦਾ ਮਕਾਨ ਬਣਾ ਕੇ ਦੇਣਾ ਕਿਸੇ ਨੂੰ ਕੱਪੜੇ ਲਿਆ ਕੇ ਦੇਣੇ ਕਿਸੇ ਨੂੰ ਫੀਸ ਭਰਨੀ ਹੈ ਉਹ ਇਹਨਾਂ ਕੰਜਰਾਂ ਨਾਲ ਫੀਸ ਭਰਨੀ ਨਾ ਇਹਨਾਂ ਕੋਈ ਵਿਆਹ ਕਰਨਾ ਹੈ ਨਾ ਮੋਦੀ ਭਰੇ ਕੋਈ ਨਾ ਇਹ ਕਰੇ ਤੋਂ ਘਟੀਆ ਸਰਕਾਰ ਕੋਈ ਦੁਨੀਆਂ 'ਤੇ ਆਉਣੀ ਉਹਨਾਂ ਦੇ ਨਾਲ ਆਵੇਗੀ ਖੱਟਰ ਸਰਕਾਰ ਜਿਹੜੀ ਹੈ ਇਹਨੇ ਨਾ ਕੋਈ ਰੇਹੜੀ ਵਾਲਾ ਛੱਡਿਆ ਨਾ ਕੋਈ ਦੁਕਾਨਦਾਰ ਛੱਡਿਆ ਨਾ ਕੋਈ ਜ਼ਿਮੀਂਦਾਰ ਛੱਡਿਆ ਨਾ ਵਪਾਰੀ ਛੱਡਿਆ ਕਿਸੇ ਨੂੰ ਬਖਸ਼ਿਆ ਨਹੀਂ ਦੂਜੇ ਨੰਬਰ 'ਤੇ ਸਾਨੂੰ ਜਿਹੜਾ ਕੀਤਾ ਇਹਨੇ ਆ ਚਲਾਨ ਟਰੈਕਟਰਾਂ ਦਾ ਮੋਟਰਸਾਈਕਲ ਦਾ ਰਿਕਸ਼ਿਆਂ ਦਾ ਕਿਸੇ ਚੀਜ਼ ਦਾ ਵੀ ਗੱਡੀਆਂ ਦਾ ਇਹ ਸਭ ਤੋਂ ਜ਼ਿਆਦਾ ਇਸ ਸਰਕਾਰ ਨੇ ਮਾੜਾ ਕੰਮ ਕੀਤਾ ਬੇਟਾ ਕਿਸ ਤਰ੍ਹਾਂ ਦੇਵੀ ਲਾਲ ਸਰਕਾਰ ਨੇ ਸਾਡਾ ਜੇ ਟਰੈਕਟਰ ਟਰਾਲੀ ਦਾ ਗੱਡਾ ਬਣਾਇਆ ਸੀ ਸਰਕਾਰਾਂ ਦੇ ਸਾਨੂੰ ਟੈਕਸ ਮਾਫ਼ ਕੀਤਾ ਗਿਆ ਸੀ ਚਲੋ ਠੀਕ ਦੂਜਾ ਟੈਕਸ ਭਰਨੇ ਆ ਗੱਡੀਆਂ ਦੇ ਭਰਦਾ ਮੋਟਰਸਾਈਕਲ ਦੇ ਭਰਦੇ ਆ ਟਰੈਕਟਰ ਦਾ ਟੈਕਸ ਅੱਜ ਕਰਨ ਸੀ ਭਰਿਆ ਸਾਡਾ ਚਲਾਨ ਵੀ ਔਰ ਟੈਕਸ ਵੀ ਸਾਨੂੰ ਜ਼ਿਆਦਾ 50,000 ਕੋਈ 60,000 ਕੋਈ 70,000 ਕਰ ਰਿਹਾ ਸਭ ਤੋਂ ਜ਼ਿਆਦਾ ਨਿਕੰਮੀ ਸਰਕਾਰ ਬੇਟਾ ਦੁਨੀਆਂ ਤੋਂ ਕਹਿਣ ਦੀ
ਸ਼ਬਦ ਨਹੀਂ ਮੇਰੇ ਕੋਲ ਇਸ ਗੱਲ ਦੇ। ਸਾਹਮਣੇ ਸਰਕਾਰ ਆਵੇ ਵੀ ਯੋਜਨਾ ਆਹ ਚਲਾਈਏ, ਕੋਈ ਯੋਜਨਾ ਹੈ ਹੀ ਨਹੀਂ ਸਰਕਾਰ ਬਾਰੇ, ਕਿਸੇ ਕਿਸਾਨ ਬਾਰੇ ਕੋਈ ਯੋਜਨਾ ਹੈ ਦੱਸੋ, ਮੈਂ ਗੱਲ ਕਰੋ। ਕਿਸਾਨ ਤਾਂ ਭੁੱਖਾ ਮਾਰ ਰਿਹਾ। ਕਨੈਕਸ਼ਨ ਇਹਨਾਂ ਹਰਨਾ ਵਾਅਦਾ ਕੀਤਾ ਸੀ ਜ਼ਿਮੀਂਦਾਰ ਨਾਲ, ਕਨੈਕਸ਼ਨ ਖੋਲ੍ਹਾਂਗੇ, ਕਨੈਕਸ਼ਨ ਨਹੀਂ ਖੋਲ੍ਹਿਆ ਗਿਆ। ਬੀਮੇ ਦਾ ਜਿਹੜਾ ਸੀ ਜ਼ਿਮੀਂਦਾਰ ਦਾ ਘਟਾਲਾ ਉਹ ਜ਼ਿਆਦਾ ਹੋ ਗਿਆ, ਸਾਨੂੰ ਅੱਜ ਤੱਕ ਬੀਮਾ ਨਹੀਂ ਮਿਲਿਆ ਕਿਸਾਨ ਨੂੰ। ਹੈਂ ਕਹਿੰਦਾ ਕਨੈਕਸ਼ਨ ਖੋਲ੍ਹਿਆ ਜੀ ਦੇ ਹਿਸਾਬ ਦੇ ਵਿੱਚ, ਕੀ ਕਰ ਜਿਹੜਾ ਕੁਸ਼ੇਤਰ ਹਰਿਆਣਾ ਜਿੰਨੀ ਦਾ ਬਾਹਰ ਜਾ ਕੇ ਕਨੈਕਸ਼ਨ ਦਿੱਤੇ ਨੇ ਜ਼ਿਮੀਂਦਾਰਾਂ ਨੂੰ, ਕੀ ਇੱਥੇ ਕਨੈਕਸ਼ਨ ਦੇ ਸਕਦੇ? ਕਿਸੇ ਸਾਰੀਆਂ ਗਲਤ ਫਹਿਮੀਆਂ ਝੂਠ ਮਾਰ ਮਾਰ ਕੇ ਸਰਕਾਰ ਨੇ ਵਿਤੋਂ ਬਾਹਲਾ ਹੀ ਬੇਟਾ ਕੰਮ ਖਰਾਬ ਕਰ ਦਿੱਤਾ ਸਾਡਾ। ਤੇ ਅਸੀਂ ਆ ਗਏ ਹਾਂ ਬਿਲਕੁਲ ਦਿਹਾੜੀਆਂ ਨਾਲੋਂ ਵੀ ਭੈੜੇ, ਸਾਨੂੰ ਪਿੱਛਾ ਗੋਲੀ ਮਾਰ ਛੱਡਣ, ਇਹ ਸਰਕਾਰ ਕਾਹਦੀ ਹੈ? ਝੂਠੇ, ਬਿਲਕੁਲ ਝੂਠੇ ਵਾਅਦੇ, ਝੂਠੇ ਕੰਮ ਨੇ ਬੇਟਾ। ਕਿਸਾਨਾਂ ਨੂੰ ਤਕਲੀਫ ਹੀ ਤਕਲੀਫ ਬੇਟਾ, ਦਵਾਈਆਂ ਨਕਲੀ ਸਾਨੂੰ ਮਿਲ ਰਹੀਆਂ ਨੇ, ਸਾਨੂੰ ਸਾਰੀ ਸਟੇਟ ਦੇ ਵਿੱਚ ਆਤਮ ਹੱਤਿਆ ਹਰਿਆਣਾ ਦੇ ਵਿੱਚ ਬਹੁਤ ਜ਼ਿਆਦਾ ਕਿਸਾਨ ਕਰ ਰਿਹਾ, ਦਵਾਈ ਵੀ ਨਕਲੀ ਔਰ ਕਰੈਕਸ਼ਨ ਵੀ ਬਹੁਤ ਜ਼ਿਆਦਾ, ਜਿਵੇਂ ਯੂਰੀਆ ਹੈ ਬਹੁਤ ਤੇਜ਼ ਉਹ ਮਹਿੰਗਾ ਹੋ ਗਿਆ, ਵਜਨ ਉਹਦਾ ਘਟਾ ਦਿੱਤਾ ਹੈ, DAP ਦਾ ਰੇਟ ਵੱਧ ਗਿਆ, ਉਹਦਾ ਵਜਨ ਘਟਾ ਦਿੱਤਾ ਗਿਆ, ਪਰ ਫਸਲ ਦਾ ਮੁਆਵਜ਼ਾ ਸਾਨੂੰ ਪੈਸਾ ਨਹੀਂ ਰੇਟ ਮਿਲ ਰਿਹਾ, ਉਹਨਾਂ ਬਹੁਤ ਜ਼ਿਆਦਾ ਘੱਟ ਹੋ ਗਿਆ ਫਸਲ ਦਾ ਰੇਟ, ਪਰ ਖਾਦਾਂ ਦਾ ਦਵਾਈਆਂ ਦਾ ਰੇਟ ਹੋ ਗਏ ਦੁੱਗਣੇ ਤਿਗਣੇ ਹੋ ਗਏ ਨੇ, ਉਹਦੇ ਵਿੱਚ ਰੇਟ ਵਧਾ ਵੱਧ ਗਏ ਨੇ, ਵਜਨ ਘੱਟ ਗਏ ਨੇ, ਜ਼ਿਮੀਂਦਾਰ ਤਾਂ ਮਰੇ ਮਰਿਆ ਹੁਣ ਭੇਵੇ ਦੇ ਅੰਦਰ, ਸਾਡੇ ਸ਼ਰੇਆਮ ਗੁਲਾਟੀ ਦਵਾਈਆਂ ਵਾਲਾ ਪਕੜਿਆ ਗਿਆ, ਉਹ 'ਤੇ ਕੋਈ ਐਕਸ਼ਨ ਨਹੀਂ ਲਿਆ ਗਿਆ, ਗੋਲ ਗੋਲ ਕਰਕੇ ਪੈਸਾ ਭਰ ਕੇ ਉਹ ਦੁਕਾਨ ਚੱਲ ਰਹੀ ਹੈ, ਅੱਜ ਵੀ ਚੱਲ ਰਹੀ ਹੈ, ਚੱਲੇਗੀ, ਪਰ ਸਰਕਾਰ ਪੈਸੇ ਲੈ ਕੇ ਛੱਡ ਰਹੀ ਹੈ। ਸਹੀ ਕਹਿ ਰਿਹਾ ਮੇਰਾ ਵੀ CM ਮਨੋਹਰ ਲਾਲ ਤੱਕ ਹੱਥੇ, ਔਰ ਮੰਤਰੀ ਤੱਕ ਹੱਥੇ, ਮੇਰਾ ਕੋਈ ਜੋ ਮਰਜ਼ੀ ਵਿਗਾੜ ਲਓ, ਅੱਜ ਵੀ 220 ਵੱਟਾਂ ਲੱਗ ਰਿਹਾ, ਪਿੱਛੇ ਵੀ ਲੱਗ ਰਿਹਾ, ਅੱਜ ਵੀ ਲੱਗ ਰਿਹਾ, ਲੱਗਦਾ ਰਹੇਗਾ ਜੇ ਸਰਕਾਰ ਰਹੀ ਤਾਂ, ਸਾਨੂੰ ਤਾਂ ਨੁਕਸਾਨ ਹੀ ਨੁਕਸਾਨ ਹੋ ਰਿਹਾ ਜ਼ਿਮੀਂਦਾਰਾਂ ਨੂੰ। ਨਿਰਾ ਜ਼ਿਮੀਂਦਾਰ ਨੇ ਬੇਟਾ, ਦੁਕਾਨਦਾਰ ਵੀ, ਛੋਟਾ ਦਿਹਾੜੀਦਾਰ ਵੀ, ਸਭ ਮਰ ਰਹੇ ਨੇ, ਕੋਈ ਮਤਲਬ ਹੀ ਨਹੀਂ, ਆਤਮ ਹੱਤਿਆ ਕਿੰਨੀ ਹੋ ਗਈ ਹਰਿਆਣੇ ਦੇ ਵਿੱਚ, ਅੱਜ ਤੋਂ 10 ਸਾਲ ਹਰਿਆਣੇ ਸਰਕਾਰ ਰਹੀ ਹੈ ਕਾਂਗਰਸ ਦੀ, ਉਹ 'ਚ ਕਿੰਨੀਆਂ ਆਤਮ ਹੱਤਿਆ ਹੋਈਆਂ ਅਤੇ ਹੁਣ ਕਿੰਨੀਆਂ ਹੋਣੀਆਂ ਗਿਣ ਲਓ ਬੇਟਾ, ਉਹਦੇ ਨਾਲ ਵਧੀਏ, ਉਹਦੇ ਨਾਲ ਜੇ 10 ਹੋਈਆਂ ਤਾਂ ਹੁਣ 50 ਹੋਣੀਆਂ ਨੇ। ਜ਼ਿਮੀਂਦਾਰ ਬਹੁਤ ਜ਼ਿਆਦਾ ਆਤਮ ਹੱਤਿਆ ਕਰ, ਉਹ ਸਾਨੂੰ ਗੋਲੀ ਮਾਰ ਕੇ ਬਾਹਰ ਛੱਡਣਾ, ਜ਼ਿਮੀਂਦਾਰਾਂ ਨੂੰ ਕੋਈ ਮਤਲਬ ਨਹੀਂ। ਹੁਣ ਖੱਟਰ ਜਿਹੜਾ, ਖੱਟਰ ਨੂੰ ਖੁਦ ਨੇ ਇਹ ਨਹੀਂ ਪਤਾ ਵੀ ਬੱਚੇ ਪਾਲਣੇ ਕਿਵੇਂ ਨੇ, ਜਿਹੜਾ ਬੰਦਾ ਰੰਡਾ ਹੈ, ਵਿਆਹ ਸ਼ਾਦੀਸ਼ੁਦਾ ਨਹੀਂ ਕਰਾਇਆ, ਕੋਈ ਲੜਕੀ ਨਹੀਂ ਲੜਕਾ ਨਹੀਂ, ਉਹਨੂੰ ਦਰਦ ਕੀ ਹੈ? ਸਾਡੇ ਹੁਣ ਬੇਟੀਆਂ ਨੇ, ਬੇਟੇ ਨੇ, ਪੋਤਰੀਆਂ ਨੇ, ਪੋਤਰੇ ਨੂੰ ਵਿਆਹ ਕਰਨਾ, ਕਿਸੇ ਠੱਗੀ ਮਾਰਨੀ, ਕਿਸੇ ਝੂਠ ਮਾਰਨਾ, ਕਿਸੇ ਦਾ ਮਕਾਨ ਬਣਾ ਕੇ ਦੇਣਾ, ਕਿਸੇ ਕੱਪੜੇ ਲਿਆ ਕੇ ਦੇਣੇ, ਕਿਸੇ ਨੂੰ ਫੀਸ ਭਰਨੀ ਹੈ, ਉਹ ਇਹਨਾਂ ਕੰਜਰਾਂ ਨਾਲ ਫੀਸ ਭਰਨੀ, ਨਾ ਇਹਨਾਂ ਕੋਈ ਵਿਆਹ ਕਰਨਾ, ਹੈ ਨਾ ਮੋਦੀ ਭਰੇ ਕੋਈ, ਨਾ ਇਹ ਕਰੇ। ਦੋਸਤੋ ਤੁਸੀਂ ਜਿਵੇਂ ਦੇ ਕੇ ਦੇਖਿਆ, ਕਿਸਾਨ ਜਿਹੜੇ ਹੈ ਉਹ ਮੋਦੀ ਅਤੇ ਖੱਟਰ ਸਰਕਾਰ ਦੇ ਖਿਲਾਫ਼ ਪੂਰਾ ਆਪਣਾ ਰੋਸ ਪ੍ਰਗਟ ਕਰ ਰਹੇ ਹੈ, ਇੰਨੀ ਗੰਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ, ਅਸੀਂ ਤੁਹਾਨੂੰ ਸੁਣਾ ਵੀ ਨਹੀਂ ਸਕਦੇ, ਪਰ ਦੋਸਤੋ ਕਿਤੇ ਨਾ ਕਿਤੇ ਕਿਸਾਨਾਂ ਵੱਲੋਂ ਖੱਟਰ ਨੂੰ ਅਤੇ ਮੋਦੀ ਨੂੰ ਕਹਿਣਾ ਵੀ ਇਹਨਾਂ ਦੇ ਵਿਆਹ ਨਹੀਂ ਹੋਏ ਪਏ ਜਾਂ ਇਹ ਰੰਡੇ ਨੇ, ਸਵਾਲੀਆ ਨਿਸ਼ਾਨ ਖੜ੍ਹੇ ਕਰਦੇ ਨੇ BJP ਸਰਕਾਰ 'ਤੇ, ਕੀ BJP ਸਰਕਾਰ ਦੇ ਵਿੱਚ ਕਿਸਾਨਾਂ ਦਾ ਇੰਨਾ ਮਾੜਾ ਹਾਲ ਹੈ ਜਿਹੜੇ ਕਿਸਾਨਾਂ ਵੱਲੋਂ ਐਵੇਂ ਦਾ ਕਦਮ ਚੱਕਿਆ ਗਿਆ, ਅਤੇ ਸ਼ਰੇਆਮ ਹੀ ਕਿਹਾ ਗਿਆ ਕਿ ਇਹਨਾਂ ਦਾ ਤਾਂ ਪਰਿਵਾਰ ਹੀ ਨਹੀਂ, ਇਹਨਾਂ ਨੂੰ ਘਰ ਬਾਰ ਪਾਲਣ ਪੋਸ਼ਣ ਕਰਨ ਬਾਰੇ ਕੁਛ ਪਰਿਵਾਰਾਂ ਬਾਰੇ ਪਤਾ ਹੀ ਨਹੀਂ ਹੈ, ਸਾਨੂੰ ਪੁੱਛੋ। ਅਤੇ ਕਿਸਾਨ ਤਾਂ ਇੱਥੋਂ ਕਹਿ ਰਹੇ ਹੈ ਵੀ ਜਿਹੜੇ BJP ਸਰਕਾਰ ਦੇ ਵੱਲੋਂ ਟੈਕਸ ਲਗਾਏ ਜਾ ਰਹੇ ਨੇ ਹਰਿਆਣਾ ਵਿੱਚ, ਜਾਂ ਜਿਹੜੇ ਚਲਾਨ ਕੱਟੇ ਜਾ ਰਹੇ ਨੇ ਉਹ ਬਿਲਕੁਲ ਨਜਾਇਜ਼ ਕੱਟੇ ਜਾ ਰਹੇ ਹੈ, ਸਰਕਾਰ ਇਸ ਤੋਂ ਚੰਗਾ ਸਾਨੂੰ ਗੋਲੀ ਮਾਰ ਦੇ। ਤੁਹਾਨੂੰ ਸਾਡਾ ਪ੍ਰੋਗਰਾਮ ਕਿਸ ਤਰ੍ਹਾਂ ਲੱਗਿਆ ਪਲੀਜ਼ ਲਾਈਕ ਅਤੇ ਕਮੈਂਟ ਜ਼ਰੂਰ ਕਰਨਾ। ਇਹ ਸੀ ਹੁਣ ਤੱਕ ਦੀ ਅਪਡੇਟ, ਨਵੀਆਂ ਅਤੇ ਤਾਜ਼ਾ ਅਪਡੇਟ ਦੇ ਦਿਓ ਏਵਨ ਪੰਜਾਬੀ TV 'ਤੇ। ਮੈਨੂੰ ਦਿਓ ਇਜਾਜ਼ਤ, ਧੰਨਵਾਦ।